ਗੋਪਾਲ ਕ੍ਰਿਸ਼ਨ ਜੀ ਇੱਕ ਰਿਟਾਇਰਡ ਅਧਿਆਪਕ ਸਨ। ਸਵੇਰੇ 10 ਵਜੇ ਬਿਲਕੁਲ ਠੀਕ ਠਾਕ ਲੱਗ ਰਿਹਾ ਸੀ। ਸ਼ਾਮ ਹੁੰਦੇ ਹੁੰਦੇ ਤੇਜ਼ ਬੁਖਾਰ ਦੇ ਨਾਲ ਨਾਲ ਉਹ ਕੰਬਣ ਲੱਗ ਪਏ। ਉਹ ਸਾਰੇ ਲੱਛਣ ਦਿਖਾਈ ਦੇਣ ਲੱਗ ਪਏ ਜੋ ਇੱਕ ਕਰੋਨਾ ਦੇ ਮਰੀਜ਼ ਵਿੱਚ ਦਿਖਾਈ ਦਿੰਦੇ ਨੇ। ਪਰਿਵਾਰ ਵਾਲਿਆਂ ਦੇ ਚਿਹਰੇ 'ਤੇ ਡਰ ਸਾਫ਼ ਸਾਫ਼ ਵਿਖਾਈ ਦੇ ਰਿਹਾ ਸੀ। ਉਹਨਾਂ ਦਾ ਮੰਜਾ ਘਰ ਤੋਂ ਬਾਹਰ ਵਾਲੇ ਕਮਰੇ ਵਿੱਚ ਰੱਖ ਦਿੱਤਾ ਗਿਆ, ਜਿਸ ਵਿੱਚ ਇੱਕ ਪਾਲਤੂ ਕੁੱਤਾ ਮੱਲੂ ਰੱਖਿਆ ਗਿਆ ਸੀ। ਗੋਪਾਲ ਕ੍ਰਿਸ਼ਨ ਜੀ ਕੁਝ ਸਾਲ ਪਹਿਲੇ ਹੀ ਇੱਕ ਜ਼ਖਮੀ ਕਤੂੜੇ ਨੂੰ ਸੜਕ ਤੋਂ ਚੁੱਕ ਕੇ ਲਿਆਏ ਸਨ, ਜਿਸ ਨੂੰ ਪਾਲ ਕੇ ਉਸ ਦਾ ਨਾਮ ਮੱਲੂ ਰੱਖ ਦਿੱਤਾ ਸੀ। ਇਸ ਕਮਰੇ ਵਿੱਚ ਹੁਣ ਗੋਪਾਲ ਕ੍ਰਿਸ਼ਨ ਜੀ ਦਾ ਮੰਜਾ ਸੀ ਤੇ ਇੱਕ ਉਹਨਾਂ ਦਾ ਪਿਆਰਾ ਕੁੱਤਾ ਮੱਲੂ ਸੀ। ਦੋਵਾਂ ਨੂੰਹਾਂ ਪੁੱਤਾਂ ਨੇ ਗੋਪਾਲ ਕ੍ਰਿਸ਼ਨ ਜੀ ਤੋਂ ਦੂਰੀ ਬਣਾ ਲਈ ਸੀ ਤੇ ਆਪਣੇ ਬੱਚਿਆਂ ਨੂੰ ਵੀ ਹੁਕਮ ਦੇ ਦਿੱਤਾ ਸੀ ਕਿ ਕਿਸੇ ਨੇ ਗੋਪਾਲ ਕ੍ਰਿਸ਼ਨ ਦੇ ਕੋਲ ਨਹੀਂ ਜਾਣਾ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨੰਬਰਾਂ ਤੇ ਫੋਨ ਕਰਕੇ ਸੂਚਨਾ ਦਿੱਤੀ ਗਈ। ਖਬਰ ਪੂਰੇ ਮੁਹੱਲੇ ਵਿੱਚ ਫੈਲ ਚੁੱਕੀ ਸੀ ਪਰ ਮਿਲਣ ਵਾਸਤੇ ਕੋਈ ਨਹੀਂ ਆਇਆ। ਮੂੰਹ ਤੇ ਚੁੰਨੀ ਲਪੇਟੀ ਇੱਕ ਗਵਾਂਢ ਦੀ ਔਰਤ ਆਈ ਤੇ ਗੋਪਾਲ ਕ੍ਰਿਸ਼ਨ ਜੀ ਦੀ ਘਰਵਾਲੀ ਨੂੰ ਕਿਹਾ, ਕੋਈ ਇਸ ਨੂੰ ਦੂਰੋਂ ਰੋਟੀ ਫੜਾ ਦਿਓ, ਇਹ ਹਸਪਤਾਲ ਵਾਲੇ ਇਹਨੂੰ ਭੁੱਖਾ ਹੀ ਲੈ ਜਾਣਗੇ। ਹੁਣ ਇਹ ਸਵਾਲ ਇਹੋ ਉੱਠਿਆ ਕਿ ਖਾਣਾ ਕੌਣ ਫੜਾਏ। ਨੂੰਹਾਂ ਨੇ ਖਾਣਾ ਗੋਪਾਲ ਜੀ ਦੀ ਘਰਵਾਲੀ ਨੂੰ ਫੜਾ ਦਿੱਤਾ। ਖਾਣਾ ਫੜਦਿਆਂ ਹੀ ਗੋਪਾਲ ਜੀ ਦੀ ਘਰਵਾਲੀ ਦੇ ਹੱਥ ਪੈਰ ਇੰਜ ਕੰਬਣ ਲੱਗੇ ਜਿਵੇਂ ਕਿਸੇ ਨੇ ਹੱਥ ਪੈਰ ਬੰਨ ਦਿੱਤੇ ਹੋਣ। ਇੰਨਾ ਦੇਖ ਕੇ ਗਵਾਂਢਣ ਬੋਲੀ ਕਿ ਉਹ ਬਜ਼ੁਰਗ ਔਰਤ ਕਹਿਣ ਲੱਗੀ, ਕੋਈ ਗੱਲ ਨਹੀਂ, ਤੇਰੇ ਘਰਵਾਲਾ ਹੀ ਹੈ। ਮੂੰਹ ਬੰਨ ਕੇ ਦੂੜੋਂ ਹੀ ਇਹ ਖਾਣੇ ਦੀ ਪਲੇਟ ਸਰਕਾ ਦੇ, ਇਹ ਆਪਣੇ ਆਪ ਚੁੱਕ ਕੇ ਖਾ ਜਾਵੇਗਾ। ਸਾਰੀ ਗੱਲਬਾਤ ਗੋਪਾਲ ਕ੍ਰਿਸ਼ਨ ਜੀ ਸੁਣ ਰਹੇ ਸੀ। ਉਸ ਵੇਲੇ ਗੋਪਾਲ ਕ੍ਰਿਸ਼ਨ ਜੀ ਦੀਆਂ ਅੱਖਾਂ ਭਰ ਆਈਆਂ ਤੇ ਕੰਬਦੇ ਹੋਏ ਬੁੱਲਾਂ ਨਾਲ ਉਸਨੇ ਕਿਹਾ ਕਿ ਕੋਈ ਮੇਰੇ ਕੋਲ ਨਾ ਆਵੇ, ਮੈਨੂੰ ਭੁੱਖ ਵੀ ਨਹੀਂ, ਮੈਂ ਨਹੀਂ ਚਾਹੁੰਦਾ ਕਿ ਰੋਗ ਤੁਹਾਡੇ ਤੱਕ ਪਹੁੰਚ ਜਾਵੇ। ਇਸੇ ਦੌਰਾਨ ਹਸਪਤਾਲ ਵਾਲਿਆਂ ਦੀ ਵੈਨ ਆ ਜਾਂਦੀ ਹੈ। ਗੋਪਾਲ ਕ੍ਰਿਸ਼ਨ ਜੀ ਉਸ ਵੈਨ ਵਿੱਚ ਬੈਠਣ ਲਈ ਕਿਹਾ ਜਾਂਦਾ ਹੈ। ਗੋਪਾਲ ਕ੍ਰਿਸ਼ਨ ਜੀ ਘਰ ਦੇ ਦਰਵਾਜ਼ੇ ਤੇ ਆ ਕੇ ਇੱਕ ਵਾਰੀ ਪਲਟ ਕੇ ਆਪਣੇ ਘਰਵਾ ਨੂੰ ਪੂਰੀ ਤਰ੍ਹਾਂ ਦੇਖਦੇ ਨੇ। ਪੋਤੀਆਂ ਪੋਤੇ ਫਸਟ ਫਲੋਰ ਦੀ ਖਿੜਕੀ ਵਿੱਚ ਮਾਸਕ ਲਗਾ ਕੇ ਖੜੇ ਸੀ, ਆਪਣੇ ਦਾਦੇ ਵੱਲ ਵੇਖ ਰਹੇ ਸੀ। ਗੋਪਾਲ ਕ੍ਰਿਸ਼ਨ ਨੇ ਉਹਨਾਂ ਬੱਚਿਆਂ ਨੂੰ ਤੱਕਿਆ ਤੇ ਪਿੱਛੇ ਹੀ ਚੁੰਨੀ ਨਾਲ ਸਿਰ ਢੱਕ ਕੇ ਗੋਪਾਲ ਕ੍ਰਿਸ਼ਨ ਦੀਆਂ ਨੂੰਹਾਂ ਦਿਖਾਈ ਦਿੱਤੀਆਂ। ਗਰਾਊਂਡ ਫਲੋਰ ਤੇ ਦੋਵੇਂ ਪੁੱਤ ਆਪਣੀ ਮਾਂ ਨਾਲ ਕਾਫੀ ਦੂਰ ਖੜੇ ਦਿਸਦੇ ਨੇ। ਵਿਚਾਰਾਂ ਦਾ ਤੂਫਾਨ ਗੋਪਾਲ ਕ੍ਰਿਸ਼ਨ ਦੇ ਮਨ ਵਿੱਚ ਉਛਾਲੇ ਮਾਰ ਰਿਹਾ ਸੀ। ਉਹਨਾਂ ਦੀ ਪੋਤੀ ਨੇ ਉਹਨਾਂ ਵੱਲ ਦੇਖਦਿਆਂ ਹੋਇਆਂ ਦੂਰੋਂ ਹੀ ਹੱਥ ਹਿਲਾਏ ਤੇ ਬਾਏ ਬਾਏ ਕਿਹਾ। ਇੱਕ ਪਲ ਤਾਂ ਉਹਨੂੰ ਇੰਜ ਲੱਗਿਆ ਕਿ ਜਿਵੇਂ ਉਹਨਾਂ ਦੀ ਜ਼ਿੰਦਗੀ ਨੇ ਉਹਨੂੰ ਅਲਵਿਦਾ ਕਹਿ ਦਿੱਤਾ ਏ। ਗੋਪਾਲ ਕ੍ਰਿਸ਼ਨ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸੀ। ਉਹਨਾਂ ਬੈਠ ਕੇ ਆਪਣੇ ਘਰ ਦੀ ਡਿਓੜੀ ਨੂੰ ਚੁੰਮਿਆ ਤੇ ਹਸਪਤਾਲ ਵਾਲਿਆਂ ਦੀ ਵੈਨ ਵਿੱਚ ਬੈਠ ਗਏ। ਇਸ ਨੂੰ ਇਹ ਹਾਲਤ ਨੂੰ ਜਾਂ ਮਜਬੂਰੀ ਕਹੋ, ਲੇਕਿਨ ਇਹ ਦ੍ਰਿਸ਼ ਦੇਖ ਕੇ ਕੁੱਤਾ ਵੀ ਰੋ ਪਿਆ। ਉਹ ਉਸ ਵੈਨ ਦੇ ਪਿੱਛੇ ਦੌੜਨ ਲੱਗ ਪਿਆ ਜਿਸ ਵਿੱਚ ਗੋਪਾਲ ਕ੍ਰਿਸ਼ਨ ਜੀ ਹਸਪਤਾਲ ਜਾ ਰਹੇ ਸੀ। ਗੋਪਾਲ ਕ੍ਰਿਸ਼ਨ ਜੀ 14 ਦਿਨ ਇੱਕ ਡਾਕਟਰ ਦੀ ਨਿਗਰਾਨੀ ਹੇਠ ਰਹੇ ਤੇ ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਹੀ ਸਹੀ ਸਨ। ਉਹਨਾਂ ਨੂੰ ਉਸ ਵੇਲੇ ਸਿਹਤਮੰਦ ਐਲਾਨਦਿਆਂ ਛੁੱਟੀ ਦੇ ਦਿੱਤੀ ਗਈ। ਜਦੋਂ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਉਹਨਾਂ ਹਸਪਤਾਲ ਦੇ ਗੇਟ ਤੇ ਬੈਠਾ ਆਪਣਾ ਕੁੱਤਾ ਮੱਲੂ ਦਿਖਾਈ ਦਿੱਤਾ। ਦੋਵੇਂ ਇੱਕ ਦੂਜੇ ਨੂੰ ਚੰਬੜ ਗਏ, ਹੰਝੂਆਂ ਨੇ ਸਾਰੇ ਬੰਨ ਤੋੜ ਦਿੱਤੇ ਸੀ। ਜਦੋਂ ਤੱਕ ਉਹਨਾਂ ਦੇ ਦੋਵੇਂ ਬੇਟੇ ਮੁੰਡਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹ ਲੰਮੀ ਗੱਡੀ ਲੈ ਕੇ ਗੋਪਾਲ ਕ੍ਰਿਸ਼ਨ ਨੂੰ ਲੈਣ ਲਈ ਪਹੁੰਚਦੇ ਨੇ। ਉਦੋਂ ਤੱਕ ਉਹ ਆਪਣੇ ਮੱਲੂ ਕੁੱਤੇ ਨੂੰ ਲੈ ਕੇ ਦੂਜੀ ਦਿਸ਼ਾ ਵੱਲ ਨਿਕਲ ਚੁੱਕੇ ਸੀ। ਉਸ ਤੋਂ ਬਾਅਦ ਉਹ ਕਦੇ ਦਿਖਾਈ ਨਹੀਂ ਦਿੱਤੇ। ਅੱਜ ਉਹਨਾਂ ਦੀ ਗੁੰਮਸ਼ੁਦੀ ਦੀ ਫੋਟੋ ਅਖਬਾਰਾਂ ਵਿੱਚ ਛਪੀ ਸੀ ਜਿਸ ਵਿੱਚ ਲਿਖਿਆ ਸੀ ਕਿ ਗੋਪਾਲ ਕ੍ਰਿਸ਼ਨ ਜੀ ਗੁੰਮ ਹੋ ਚੁੱਕੇ ਨੇ ਤੇ ਪਤਾ ਦੱਸਣ ਵਾਲੇ ਨੂੰ 1,00,000 ਰੁਪਈਆ ਨਾਮ ਦਿੱਤਾ ਜਾਵੇਗਾ। ਪਤਾ ਨਹੀਂ ਮਿਲਣਗੇ ਜਾਂ ਨਹੀਂ, ਕਿਰਪਾ ਕਰਕੇ ਸਾਡਾ ਸੁਨੇਹਾ ਇੰਨਾ ਸ਼ੇਅਰ ਕਰ ਦਿਓ ਕਿ ਗੋਪਾਲ ਕ੍ਰਿਸ਼ਨ ਜੀ ਤੱਕ ਪਹੁੰਚ ਜਾਵੇ ਤੇ ਸੁਨੇਹ ਬਾਰੇ ਆਪਣੀ ਕੀ ਰਾਏ ਹੈ ਕਮੈਂਟ ਵਿੱਚ ਜ਼ਰੂਰ ਲਿਖਣਾ। ਨਿਸ਼ਾਨ TV ਚੈਨਲ ਨੂੰ ਸਬਸਕ੍ਰਾਈਬ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਚੜ੍ਹਦੀ ਕਲਾ ਦਾ ਸਬੂਤ ਦਿੰਦੇ ਹੋ ਸਾਰੇ ਮਾਈ ਭਾਈ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।